ਸਤਿ ਸ਼੍ਰੀ ਅਕਾਲ ਜੀ, ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਐਚ ਕੇ ਫੈਸ਼ਨ ਬੁਟੀਕ 'ਤੇ। ਹੋਰ ਸੁਣਾਓ ਜੀ, ਕਿਵੇਂ ਠੀਕ ਠਾਕ ਹੋ ਤੁਸੀਂ? ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਜੀ। ਅਤੇ ਹਾਂਜੀ ਫਰੈਂਡਸ, ਅੱਜ ਮੈਂ ਤੁਹਾਡੇ ਲਈ ਫਿਰ ਬਹੁਤ ਸੋਹਣੇ ਸੂਟ ਲੈ ਕੇ ਆਈ ਹਾਂ। ਅਤੇ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਜੋ ਮੇਰੇ ਚੈਨਲ 'ਤੇ ਨਿਊ ਨੇ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਵੀ ਪ੍ਰੈਸ ਕਰ ਲਓ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ। ਅਤੇ ਫਰੈਂਡਸ ਪਲੀਜ਼ ਵੀਡੀਓ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ, ਅਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ। ਅਤੇ ਹਾਂਜੀ ਦੇਖੋ, ਬਹੁਤ ਸੋਹਣੇ ਸੋਹਣੇ ਸੂਟ ਨੇ, ਬਹੁਤ ਹੀ ਸੋਹਣੇ ਫਿਨਿਸ਼ਿੰਗ ਨਾਲ ਸਾਰਾ ਕੰਮ ਹੋਇਆ ਹੋਇਆ। ਅਤੇ ਗਰਮੀਆਂ ਦੇ ਕਿਸੇ ਵੀ ਸਟਾਫ 'ਤੇ ਤੁਸੀਂ ਆਪਣੇ ਇਹ ਸੂਟ ਰੈਡੀ ਕਰਵਾ ਸਕਦੇ ਹੋ। ਬਹੁਤ ਹੀ ਪਿਆਰੇ ਸੂਟ ਨੇ, ਬਹੁਤ ਹੀ ਸੋਹਣੇ ਸੋਬਰ ਜਿਹੇ ਕਲਰ ਨੇ, ਅਤੇ ਡਿਜ਼ਾਈਨ ਵੀ ਬਹੁਤ ਸੋਹਣੇ ਸੋਹਣੇ ਨੇ। ਅਤੇ ਪੇਮੈਂਟ ਫਰੈਂਡਸ ਔਨਲਾਈਨ ਕੀਤੀ ਜਾਊਗੀ, ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ। ਅਤੇ ਤੁਸੀਂ ਕਿਸੇ ਵੀ ਪੇਮੈਂਟ ਮੋਡ 'ਤੇ ਤੁਸੀਂ ਜਾ ਕੇ ਪੇਮੈਂਟ ਕਰ ਸਕਦੇ ਹੋ। ਅਤੇ ਬਾਕੀ ਫਰੈਂਡਸ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ। ਅਤੇ ਜਿਨ੍ਹਾਂ ਨੇ ਵੀ ਕੋਈ ਵੀ ਸੂਟ ਔਡਰ ਕਰਨਾ ਤਾਂ ਪਲੀਜ਼ ਮੇਰੇ ਦਿੱਤੇ ਹੋਏ ਵਟਸਐਪ ਨੰਬਰ 'ਤੇ ਸਕਰੀਨਸ਼ੋਟ ਭੇਜ ਕੇ ਮੈਨੂੰ ਆਪਣਾ ਔਡਰ ਬੁੱਕ ਕਰਵਾ ਸਕਦੇ ਹੋ। ਅਤੇ ਡਿਜ਼ਾਇਨ ਤੁਹਾਡੇ ਹਿਸਾਬ ਨਾਲ ਹੀ ਬਣਾਏ ਜਾਣਗੇ। ਜੇ ਤੁਹਾਡੇ ਕੋਲ ਕੋਈ ਆਪਣਾ ਡਿਜ਼ਾਇਨ ਹੈ ਤਾਂ ਤੁਸੀਂ ਉਹ ਵੀ ਮੈਨੂੰ ਭੇਜ ਸਕਦੇ ਹੋ, ਤੁਹਾਡਾ ਦਿੱਤਾ ਹੋਇਆ ਡਿਜ਼ਾਇਨ ਵੀ ਤੁਹਾਨੂੰ ਰੈਡੀ ਕਰਕੇ ਦੇਵਾਂਗੇ। ਅਤੇ ਜਿਸ ਤਰ੍ਹਾਂ ਦਾ ਤੁਸੀਂ ਕਲਰ ਚਾਹੋਗੇ, ਜਿਸ ਤਰ੍ਹਾਂ ਦਾ ਡਿਜ਼ਾਇਨ ਚਾਹੋਗੇ, ਜਾਂ ਤੁਸੀਂ ਸੂਟ ਕੋਈ ਹੋਰ ਫੈਬਰਿਕ ਚਾਹੋਗੇ ਜਾਂ ਹੋਰ ਕਲਰ ਚਾਹੋਗੇ, ਤੁਸੀਂ ਜਿੱਦਾਂ ਦਾ ਵੀ ਕਹੋਗੇ ਉੱਦਾਂ ਦਾ ਹੀ ਤੁਹਾਨੂੰ ਰੈਡੀ ਕਰਕੇ ਦੇਵਾਂਗੇ। ਅਤੇ ਆਪਾਂ ਪਹਿਲਾਂ ਕਸਟਮਰ ਦੀ ਚੋਇਸ ਹੀ ਦੇਖਦੇ ਹਾਂ, ਅਤੇ ਉਸ ਤੋਂ ਬਾਅਦ ਹੀ ਆਪਾਂ ਸੂਟ ਰੈਡੀ ਕਰਦੇ ਹਾਂ। ਅਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੇਗੀ। ਅਤੇ ਜਲਦੀ ਜਲਦੀ ਵੀਡੀਓ ਨੂੰ ਪਲੀਜ਼ ਸ਼ੇਅਰ ਕਰ ਦਿਆ ਕਰੋ, ਅਤੇ ਕਮੈਂਟ ਜ਼ਰੂਰ ਕਰਿਆ ਕਰੋ, ਸੋਹਣੇ ਸੋਹਣੇ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਜੇਕਰ ਤੁਹਾਨੂੰ ਵੀਡੀਓ 'ਚ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਤਾਂ ਪਲੀਜ਼ ਉਹ ਵੀ ਮੈਨੂੰ ਦੱਸ ਦਿਆ ਕਰੋ, ਤਾਂ ਉਹ ਵੀ ਆਪਾਂ ਦੂਰ ਕਰਾਂਗੇ। ਅਤੇ ਹੋਰ ਤੁਸੀਂ ਕਿਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣਾ ਪਸੰਦ ਕਰਦੇ ਹੋ ਉਹ ਵੀ ਮੈਨੂੰ ਤੁਸੀਂ ਦੱਸ ਕੇ ਆਪਣੀਆਂ ਪਸੰਦ ਦੀਆਂ ਵੀਡੀਓਜ਼ ਲੈ ਸਕਦੇ ਹੋ। ਅਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੇਗੀ। ਅਤੇ ਜੇਕਰ ਤੁਸੀਂ ਸੂਟ ਐਮਬਰਾਇਡਰੀ ਦੇ ਨਾਲ ਨਾਲ ਸਟਿਚਿੰਗ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਪਲੀਜ਼ ਫਰੈਂਡਸ ਉਹ ਵੀ ਮੈਨੂੰ ਦੱਸਿਓ, ਤੁਹਾਡਾ ਸੂਟ ਤੁਹਾਨੂੰ ਸਟਿਚ ਵੀ ਕਰਕੇ ਦਿੱਤਾ ਜਾਊਗਾ। ਅਤੇ ਨੈੱਕ ਵਰਕ, ਘੇਰਾ ਵਰਕ, ਬਾਜੂ ਵਰਕ, ਪੈਨਲ ਵਰਕ ਜਿੱਦਾਂ ਦਾ ਕਹੋਗੇ ਉਸ ਤਰ੍ਹਾਂ ਦਾ ਹੀ ਆਪਾਂ ਰੈਡੀ ਕਰਕੇ ਦੇਵਾਂਗੇ। ਅਤੇ ਮੈਨੂੰ ਪਤਾ ਹੈ ਕਿ ਤੁਹਾਨੂੰ ਹਰ ਵੀਡੀਓ ਦੀ ਤਰ੍ਹਾਂ ਇਹ ਵੀਡੀਓ ਵੀ ਵਧੀਆ ਲੱਗੇਗੀ। ਅਤੇ ਡਿਜ਼ਾਇਨ ਦੇਖੋ ਸਾਰੇ ਹੀ ਪਿਆਰੇ ਨੇ, ਬਾਕੀ ਸ਼ਰਟ 'ਤੇ ਕਿਸੇ ਵੀ ਤਰ੍ਹਾਂ ਦੇ ਤੁਸੀਂ ਫਲਾਵਰ ਵਗੈਰਾ ਵੀ ਅਪਲਾਈ ਕਰਵਾ ਸਕਦੇ ਹੋ, ਜਿੱਦਾਂ ਦਾ ਤੁਹਾਨੂੰ ਡਿਜ਼ਾਇਨ ਪਸੰਦ ਹੈ ਉਸ ਤਰ੍ਹਾਂ ਦਾ ਹੀ ਤੁਸੀਂ ਰੈਡੀ ਕਰਵਾ ਸਕਦੇ ਹੋ। ਤੁਹਾਡਾ ਦਿੱਤਾ ਹੋਇਆ ਡਿਜ਼ਾਇਨ ਵੀ ਰੈਡੀ ਕਰਕੇ ਦੇਵਾਂਗੇ। ਅਤੇ ਬਾਕੀ ਕੱਟ ਵਰਕ ਵਗੈਰਾ ਕਰਵਾਉਣਾ ਜਾਂ ਦੁਪੱਟੇ 'ਤੇ ਕੱਟ ਵਰਕ ਕਰਵਾਉਣਾ ਜਾਂ ਦੁਪੱਟਾ ਟਾਈ ਟਾਈ ਚਾਹੀਦਾ ਤੁਹਾਨੂੰ, ਜਿਸ ਤਰ੍ਹਾਂ ਦਾ ਵੀ ਤੁਸੀਂ ਕਹੋਗੇ ਉਸ ਤਰ੍ਹਾਂ ਦਾ ਹੀ ਰੈਡੀ ਕਰਕੇ ਦੇਵਾਂਗੇ। ਅਤੇ ਮਿਰਰ ਵਰਕ ਜਾਂ ਹੋਰ ਦੇਖੋ ਜਰੀ ਵਰਕ, ਤਿੱਲਾ ਵਰਕ ਕਹਿ ਦਿੰਦੇ ਹਾਂ ਜਿਸ ਨੂੰ ਆਪਾਂ, ਅਤੇ ਸਾਰੇ ਹੀ ਤਰ੍ਹਾਂ ਦਾ ਆਪਾਂ ਬਣਾ ਕੇ ਦੇਵਾਂਗੇ। ਜੇ ਪੇਂਟਿੰਗ ਕਰਵਾਉਣੇ ਆ ਸੂਟ ਤਾਂ ਮੇਰੀ ਉਹ ਵੀਡੀਓ ਵੀ ਅਪਲੋਡ ਕੀਤੀ ਹੋਈ ਹੈ, ਉਹ ਵੀ ਤੁਸੀਂ ਦੇਖ ਸਕਦੇ ਹੋ। ਅਗਰ ਤੁਸੀਂ ਹੈਂਡ ਵਰਕ ਦਾ ਕੰਮ ਕਰਵਾਉਣਾ ਤਾਂ ਉਹ ਵੀ ਤੁਸੀਂ ਮੈਨੂੰ ਦੱਸ ਸਕਦੇ ਹੋ, ਹੈਂਡ ਵਰਕ ਦਾ ਵੀ ਕਰਕੇ ਦੇਵਾਂਗੇ। ਅਤੇ ਮੈਨੂੰ ਉਮੀਦ ਹੈ ਕਿ ਫਰੈਂਡਸ ਤੁਹਾਨੂੰ ਵੀਡੀਓ ਵਧੀਆ ਲੱਗੇਗੀ। ਪਲੀਜ਼ ਜਲਦੀ ਜਲਦੀ ਵੀਡੀਓ ਦੇਖ ਕੇ ਆਪਣੇ ਔਡਰ ਬੁੱਕ ਕਰਵਾਓ ਅਤੇ ਆਪਣੇ ਸੂਟ ਜਲਦੀ ਜਲਦੀ ਰੈਡੀ ਕਰਵਾਓ। ਗਰਮੀਆਂ ਦੇ ਸੋਹਣੇ ਸਟੱਫ 'ਤੇ ਕਿਸੇ ਵੀ ਸਟੱਫ 'ਤੇ ਆਪਣੇ ਸੂਟ ਰੈਡੀ ਕਰਵਾ ਸਕਦੇ ਹੋ। ਅਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਫਰੈਂਡਸ। ਅਤੇ ਵੀਡੀਓ ਵੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਥੈਂਕ ਯੂ ਸੋ ਮੱਚ ਫਰੈਂਡਸ।